ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੱਸਿਆ ਆ ਕਿ ਜੋ ਝੂਠੇ ਸੌਦੇ ਵਾਲੇ ਦੇ ਪੈਰੋਕਾਰ ਆ, ਜਿਨ੍ਹਾਂ ਨੇ 2015 ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੌਰ ਸ਼ੁਰੂ ਕੀਤਾ ਅਤੇ ਅੱਜ ਤੱਕ ਲਗਾਤਾਰ ਨਿਰੰਤਰ ਜਾਰੀ ਆ, ਅਤੇ ਜਿਹੜੇ ਦੋਸ਼ੀ ਸਾਹਮਣੇ ਹੋ ਚੁੱਕੇ ਸਨ, ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸੀ ਉਹ ਬਚਾਉਂਦੀਆਂ ਰਹੀਆਂ, ਅੱਜ ਵੀ ਸਮੇਂ ਦੀ ਸਰਕਾਰ ਬਚਾ ਰਹੀ ਆ। ਇੱਥੋਂ ਤੱਕ ਕਿ ਜਿਹੜੀ ਭਾਜਪਾ ਆ, ਭਾਰਤੀ ਜਨਤਾ ਪਾਰਟੀ ਵੋਟਾਂ ਦੇ ਕਾਰਨ, ਉਹਨਾਂ ਦੇ ਪੈਰੋਕਾਰਨ, ਸਰਸੇ ਵਾਲੇ ਦੇ ਜਿਹੜੇ ਪੈਰੋਕਾਰ ਨੇ, ਜਿਹੜੇ ਦੋਸ਼ੀ ਆ, ਜਿਨ੍ਹਾਂ ਨੂੰ ਪਹਿਲਾਂ ਨੇ CBI ਨੇ ਜਿਨ੍ਹਾਂ ਨੇ ਦੋਸ਼ੀ ਕਰਾਰ ਦਿੱਤਾ ਸੀ, ਅੱਜ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਆ। ਅਸੀਂ ਸਮੂਹ ਜਥੇਬੰਦੀਆਂ ਅੱਜ ਫਿਰੋਜ਼ਪੁਰ ਵਿਖੇ DC ਦਫ਼ਤਰ ਵਿਖੇ ਅੱਜ ਮੰਗ ਪੱਤਰ ਦਿੱਤਾ ਇੱਕ ਕਿ ਇਹਨਾਂ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਆ, ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ, ਇਹਨਾਂ ਨੂੰ ਦੋਸ਼ਾਂ 'ਤੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਆ। ਜੇ ਇਹ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਸਮੂਹ ਸਿੱਖ ਜਥੇਬੰਦੀਆਂ ਅਣਮਿੱਥੇ ਸਮੇਂ ਲਈ ਸੰਘਰਸ਼ ਜਿਹੜਾ ਆ ਇਹ ਵਿੱਢਣਗੀਆਂ, ਮਜਬੂਰ ਹੋ ਜਾਣਗੀਆਂ ਅਤੇ ਸਰਕਾਰਾਂ ਨੂੰ ਭਾਜਣਾ ਪੈ ਜਾਣਗੀਆਂ। ਮੈਂ ਫਿਰ ਬੇਨਤੀ ਕਰਦਾ ਹਾਂ ਕਿ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਕਿ ਇਸ ਮੁੱਦੇ 'ਤੇ ਸਾਰੇ ਸਿਆਸੀ ਧੜੇ ਤੋਂ ਉੱਪਰ ਉੱਠ ਕੇ ਇਸ ਮਸਲੇ 'ਤੇ ਆਪਾਂ ਅੱਗੇ ਆਈਏ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ ਅਤੇ ਆਪਾਂ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਸਲੇ 'ਤੇ ਆਪਾਂ ਸਾਰੇ ਪਾਰਟੀਵਾਦ ਤੋਂ ਉੱਪਰ ਉੱਠ ਕੇ ਇਹ ਲੜਾਈ ਲੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਆਵਾਜ਼ ਕੌਮ TV।